ਹਾਂਜੀ ਮੈਂ ਨਵਾਂ ਸ਼ਹਿਰ ਦਵਾਬਾ YouTube ਚੈਨਲ ਚੀਫ ਐਡੀਟਰ ਕਸ਼ਮੀਰੀ ਲਲ ਕੈਂਥ ਤੇ ਅੱਜ ਦੀ ਜਿਹੜੀ ਵੀਡੀਓ ਹੈਗੀ ਆ ਬੜੀ ਹੀ ਖਾਸ ਹੋਣ ਵਾਲੀ ਆ ਤੇ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਤੇ ਮੇਰੀ ਇੱਕ ਤੁਹਾਨੂੰ ਬੇਨਤੀ ਹੈਗੀ ਆ ਕਿ ਵੀਡੀਓ ਚੱਲਦੇ-ਚੱਲਦੇ ਹੀ ਨਵਾਂ ਸ਼ਹਿਰ ਦਵਾਬਾ YouTube ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤਾਂ ਜੋ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਹਰ ਖਬਰ ਔਰ ਇਸ ਤੋਂ ਇਲਾਵਾ ਹੋਰ ਜਿੰਨੀਆਂ ਵੀ ਖਬਰਾਂ ਉਹ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਅੱਜ ਦੀ ਜਿਹੜੀ ਇਹ ਵੀਡੀਓ ਪਾਉਣ ਦਾ ਮੇਰਾ ਕੁਝ ਮਕਸਦ ਹੈਗਾ ਆ ਉਹਦੇ ਪਿੱਛੇ ਕਈ ਕਾਰਨ ਹੈਗੇ ਆ ਕਿ ਔਰ ਮੁੱਖ ਮੰਤਰੀ ਮਾਨਜੋਗ ਸਤਕਾਰਜੋਗ ਸ਼੍ਰੀ ਭਗਵੰਤ ਮਾਨ ਜੀ ਨਾਲ ਸੰਬੰਧਤ ਹੈ ਵੀਡੀਓ ਹੈਗੀ ਆ ਔਰ ਉਸ ਤੇ ਨਾਲ-ਨਾਲ ਹੋਰ ਵੀ ਜਿਹੜੀ ਮੈਂ ਗੱਲ ਅੱਗੇ ਕਰਨ ਜਾ ਰਿਹਾ ਔਰ ਕਰਨ ਲੱਗਾ ਆ ਤੁਸੀਂ ਹੈਰਾਨ ਹੋ ਜਾਓਗੇ ਕਿ ਸਾਡੇ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਆ ਬੀਤੇ ਦੇ ਇਹਨਾਂ ਦੀ ਇੱਕ ਤੁਸੀਂ ਦੇਖਿਆ ਸਿਗਾ ਕਿ ਇਹ ਇਹਨਾਂ ਨੇ ਜਿਹੜੇ ਆ ਲੈਟਰ ਦਿੱਤੇ ਆ ਨੌਕਰੀਆਂ ਦਿੱਤੀਆਂ ਆ ਬੜੇ ਬੜੇ ਵਾਅਦੇ ਉੱਤੇ ਕੀਤੇ ਹੈਗੇ ਆ ਬਹੁਤ ਕੁਝ ਕੀਤਾ ਔਰ ਰਖੜੀ ਵੀ ਇੱਕ ਲੜਕੀ ਨੇ ਬੰਨੀ ਸੀ ਸਟੇਜ ਦੇ ਉੱਪਰੇ ਰਖੜੀ ਵੀ ਬੰਨੀ ਸੀ ਔਰ ਪੈਸੇ ਵੀ ਇਹਨਾਂ ਨੇ ਚਲੋ ਰਖੜੀ ਦਾ ਜੋ ਪੂਰੀ ਤਰ੍ਹਾਂ ਮਤਲਬ ਜੋ ਕਾਰ ਬਿਹਾਰ ਬਣਿਆ ਹੋਇਆ ਉਹ ਵੀ ਕੀਤਾ ਸੀ ਇਸ ਲਈ ਮੈਂ ਬੇਅਦ ਹੀ ਮਾਨ ਸਾਹਿਬ ਦਾ ਧੰਨਵਾਦ ਕਰਦਾ ਆ ਕਿ ਇਹਨਾਂ ਨੇ ਉਸ ਵਕਤ ਜੋ ਮਾਣ ਰੱਖਿਆ ਪਰ ਇਸ ਸਟੇਜਾਂ ਦੇ ਉੱਪਰ ਹੀ ਮਾਨ ਸਾਹਿਬ ਸਾਡੇ ਡਰਾਮੇਵਾਜ਼ੀਆਂ ਕਰਦੇ ਨੇ ਜਾਂ ਆਪਣੇ ਪ੍ਰਚਾਰ ਦੇ ਵਿੱਚ ਡਰਾਮੇਵਾਜ਼ੀਆਂ ਕਰਦੇ ਨੇ ਕਿਉਂਕਿ ਪਹਿਲਾਂ ਇਹ ਖੁਦ ਫਿਲਮਾਂ ਵਿੱਚ ਕੰਮ ਕਰਦੇ ਰਹੇ ਆ ਟਿੱਕਾ ਟਿੱਪਣੀਆਂ ਇੱਕ ਦੂਜੇ ਦੀ ਸਿਆਸਤਾਂ ਦੇ ਉੱਪਰ ਕਰਦੇ ਰਹੇ ਆ ਇੱਕ ਮਤਲਬ ਹੈ ਕਿ ਜਿੰਨੇ ਜਦੋਂ ਵੀ ਸਿਆਸਤ ਕੋਈ ਵੀ ਆਂਦਾ ਸੀ ਚਾਹੇ ਕਾਲੀਆਂ ਦੀ ਸਰਕਾਰ ਆ ਜਾਂਦੀ ਸੀ ਕਾਂਗਰਸ ਦੀ ਆ ਜਾਂਦੀ ਸੀ ਕਿਸੇ ਦੀ ਵੀ ਤੇ ਇਹਨਾਂ ਦੀ ਤੁਸੀਂ ਵੀਡੀਓ ਪਿਛਲੀਆਂ ਕੱਢ ਕੇ ਦੇਖੋ ਕਿ ਕਿੱਦਾਂ ਦੀਆਂ ਹੈਗੀਆਂ ਕਿ ਜੇ ਕਿਤੇ ਇਹ ਮੁੱਖ ਮੰਤਰੀ ਬਣ ਜਾਂਦੇ ਆ ਤਾਂ ਮਿੰਟਾਂ ਸਕਿੰਟਾਂ ਚ ਮਹੀਨਿਆਂ ਦੇ ਵਿੱਚ ਦਿਨਾਂ ਦੇ ਵਿੱਚ ਦੇਸ਼ ਆਪਣੇ ਜਿਹੜਾ ਪੰਜਾਬ ਆ ਇਹਨੂੰ ਸੋਨੇ ਦੀ ਚੜੀਏ ਬਣਾ ਦੇਣਗੇ ਇਹਨਾਂ ਦੀਆਂ ਵੀਡੀਓ ਜਿਹੜੀਆਂ ਤੁਸੀਂ ਪੁਰਾਣੀਆਂ ਕੱਢ ਕੇ ਦੇਖ ਲਓ ਔਰ ਇਹੋ ਇਹੋ ਜਿਹੀਆਂ ਟਿੱਪਣੀਆਂ ਕਰਦੇ ਹੁੰਦੇ ਸੀ ਕਿ ਕਈ ਵਾਰ ਉਹ ਇਹਨਾਂ ਨੂੰ ਨਹੀਂ ਵੀ ਇਸੇ ਕਰਨੀਆਂ ਚਾਹੀਦੀਆਂ ਹੁੰਦੀਆਂ ਪਰ ਚਲੋ ਖੈਰ ਅਸੀਂ ਵੀ ਕਈ ਵਾਰ ਜਿਹੜੇ ਹੈਗੇ ਜਦੋਂ ਮੈਂ ਖੁਦ ਵੀ ਆਰਟਿਸਟ ਸੀ ਟੀਵੀ ਵਿੱਚ ਆਂਦਾ ਸੀ ਟੈਲੀਵਿਜ਼ਨ 'ਚ ਆਂਦਾ ਸੀ ਸਟੇਜ ਕਰਦਾ ਸੀ ਫਿਲਮਾਂ 'ਚ ਕੰਮ ਕਰਦਾ ਸੀ ਅਸੀਂ ਵੀ ਕਰਦੇ ਸੀਗੇ ਠੀਕ ਹੈ ਨਾ ਪਰ ਅਸੀਂ ਜੋ ਕਰਦੇ ਆ ਜਦੋਂ ਮੰਨ ਲਓ ਕੱਲ ਉਸੇ ਉਹਦੇ ਤੇ ਅਸੀਂ ਆ ਜਾਂਦੇ ਆ ਤੇ ਫਿਰ ਅਸੀਂ ਬਦਲ ਜਾਂਦੇ ਆ ਭਗਵਾਨਤਮਾਨ ਸਾਹਿਬ ਕਹਿ ਰਹੇ ਆ ਕਿ ਅਸੀਂ ਜੋ ਕਹਿੰਨੇ ਹਾਂ ਉਹ ਕਰਦੇ ਹਾਂ ਪਰ ਨੇ ਮਰਸਾ ਇੱਕ ਗੱਲ ਜ਼ਰੂਰ ਆ ਕਿ ਅਸੀਂ ਤੁਹਾਡੇ ਨਾਲ ਸੰਬੰਧਿਤ ਵੀ ਖਬਰਾਂ ਲਾਣੇ ਆ ਇਲੈਕਸ਼ਨ ਵੇਲੇ ਵੀ ਲਾਈਆਂ ਸਭ ਤੋਂ ਵੱਧ ਮੇਰੇ ਚੈਨਲ ਤੇ ਮੈਨੂੰ ਲੱਗਦਾ ਤੁਹਾਡੀਆਂ ਹੀ ਖਬਰਾਂ ਲੱਗੀਆਂ ਹੋਣਗੀਆਂ ਪਰ ਜਿੱਥੋਂ ਹੁਣ ਤਾਈ ਰਹਿ ਜਾਂਦੀ ਆ ਗਲਤੀ ਰਹਿ ਜਾਂਦੀ ਆ ਉਸ ਵਕਤ ਤੁਸੀਂ ਕਹਿਣਗੇ ਕਹੋਗੇ ਕਿ ਇਸ ਨੂੰ ਚੈਨਲ ਨੂੰ ਕਿਸੇ ਪਾਰਟੀ ਨੇ ਕਿਹਾ ਹੋਣਾ ਆ ਜਾਂ ਇਹਦੇ ਪਿੱਛੇ ਕਿਸੇ ਪਾਰਟੀ ਦਾ ਹੱਥ ਹੋਏਗਾ ਜਿਹੜੇ ਆਮ ਆਦਮੀ ਪਾਰਟੀ ਦੇ ਬੰਦੇ ਫਿਰ ਇਹ ਗੱਲਾਂ ਸੋਚਣ ਲੱਗ ਪਣਗੇ ਪਰ ਮੇਰੀ ਗੱਲ ਨੂੰ ਗभीरता ਨਾਲ ਲੈਣਾ ਜਿਹੜੀ ਮੈਂ ਗੱਲ ਕਰਨ ਜਾ ਰਿਹਾ ਆ ਇਹਨੂੰ ਤੁਸੀਂ ਸੋਚ ਲੈਣਾ ਕਿ ਆਏ ਦਿਨ ਹੀ ਕਹਿ ਦਿੰਦੇ ਆ ਜੀ ਕਦੇ ਮੈਂ ਰੱਖੜੀ ਤੇ ਤੋਹਫੇ ਭੇਣਾ ਨੂੰ ਦੇਰ ਦੇਵਾਂਗਾ ਤੋਹਫਾ ਦਵਾਂਗਾ ਆਪਣੇ ਪੰਜਾਬ ਵਾਸੀਆਂ ਨੂੰ ਦਵਾਂਗਾ ਦੀਵਾਲੀ ਤੇ ਤੋਹਫਾ ਦਵਾਂਗਾ ਇੱਥੇ ਤੋਹਫਾ ਦਵਾਂਗਾ ਪਰ ਉਹ ਤੋਹਫੇ ਦਿੰਦੇ ਕਿੱਦਾਂ ਆ ਉਹਨਾਂ ਦੇ ਪਿੱਛੇ ਦੀ ਕਹਾਣੀ ਮੈਂ ਤੁਹਾਨੂੰ ਦੱਸਣ ਲੱਗਦਾ ਉਹਦੇ ਪਿਛਲਾ ਰਾਜ ਕੀ ਆ ਕੀ ਮਾਨ ਸਾਹਿਬ ਤੁਹਾਨੂੰ ਤੋਹਫਾ ਦੇਣ ਤੋਂ ਪਹਿਲਾਂ ਜਿਹੜੀ ਗਤੀਵਿਧੀਆਂ ਕਰਦੇ ਉਹ ਕੀ ਕਰਦੇ ਆ ਹੁਣ ਇਹਨਾਂ ਨੇ ਕਿਹਾ ਕਿ ਅਸੀਂ ਵੱਧ ਤੋਂ ਵੱਧ ਲੜਕੀਆਂ ਨੂੰ ਨੌਕਰੀਆਂ ਦੇ ਰਹੇ ਹਾਂ ਦੇ ਰਹੇ ਹਾਂ ਬੜੀ ਵਧੀਆ ਗੱਲ ਆ ਚੰਗੀ ਗੱਲ ਆ ਸ਼ਲਾਘਾਯੋਗ ਕਦਮ ਆ ਅਸੀਂ ਪ੍ਰਸ਼ੰਸਾ ਕਰਦੇ ਹਾਂ ਔਰ ਚੈਨਲ ਜਿਹੜੇ ਆ ਜਦੋਂ ਇਹ ਇਸ ਇਹੋ ਜਿਹੇ ਕੰਮ ਕਰਦੇ ਉਹ ਲਗਾंदे ਵੀ ਹੈਗੇ ਆ ਪਰ ਨੌਕਰੀ ਦੇਣ ਦਾ ਜਿਹੜਾ ਤਰੀਕਾ ਉਹ ਤੁਹਾਡਾ ਬੜਾ ਗਲਤ ਆ ਜੀ ਹੁਣ ਤੁਸੀਂ ਸੋਚੂਗੇ ਉਹ ਗਲਤ ਕਿੱਦਾਂ ਆ ਦੱਸ ਦਿੰਦੇ ਆ ਜੀ ਤੁਸੀਂ ਨੌਕਰੀਆਂ ਤੋਂ ਕੱਢਣ ਤੋਂ ਬਾਅਦ ਵਿੱਚ ਨੌਕਰੀਆਂ ਦਿੰਦੇ ਆ ਨੌਕਰੀਆਂ ਤੋਂ ਕੱਢਣ ਤੋਂ ਬਾਅਦ ਵਿੱਚ ਨੌਕਰੀਆਂ ਦਿੰਦੇ ਆ ਜਿਹੜੇ ਤੋਹਫੇ ਵੀ ਦਿੰਦੇ ਆ ਪਹਿਲਾਂ ਖੋਹ ਲੈਣੇ ਖੋਣ ਤੋਂ ਬਾਅਦ ਵਿੱਚ ਤੋਹਫੇ ਦਿੰਦੇ ਆ ਹੁਣ ਤੁਸੀਂ ਸੋਚਦੇ ਹੋਵੋਗੇ ਕਿ ਇਹਦਾ ਮਤਲਬ ਕੀ ਹੋਇਆ ਮੈਂ ਸਮਝਾਣਾ ਇਹ ਕਹਿੰਦੇ ਆ ਜੀ ਕਿ ਅਸੀਂ ਲੜਕੀਆਂ ਨੂੰ ਅੱਗੇ ਲਿਆਉਣਾ ਚਾਹੁੰਦੇ ਆ ਭਗਵਾਨਦਾਨ ਸਾਹਿਬ ਮਾਨ ਸਰਕਾਰ ਕਹਿ ਰਹੀ ਆ ਪਰੇ ਅੱਗੇ ਕਿੱਦਾਂ ਲਿਆ ਰਹੇ ਤੇ ਨੌਕਰੀਆਂ ਕਿੱਦਾਂ ਦੇ ਰਹੇ ਉਹਦਾ ਰਾਜ ਦੱਸਣ ਲੱਗਾ ਤੁਹਾਨੂੰ ਮੈਂ ਕੀ ਹੈ ਰਾਜ ਹੁਣ ਦੱਸਦਾ ਆਸ਼ਾ ਵਰਕਰ ਤੇ ਆਸ਼ਾ ਸੁਪਰਵਾਈਜ਼ਰ ਆਸ਼ਾ ਵਰਕਰ ਤੇ ਆਸ਼ਾ ਸੁਪਰਵਾਈਜ਼ਰ ਜੋ ਪਿੰਡਾਂ ਵਿੱਚ ਕੰਮ ਕਰਦੀਆਂ ਸੀ ਉਹਨਾਂ ਨੇ ਕਈ ਸਾਲ ਪਹਿਲਾਂ ਫ੍ਰੀ ਕੰਮ ਕੀਤਾ ਤੇ ਕਰੋਨਾ ਕਾਲ ਦੇ ਵਿੱਚ ਵੀ ਫ੍ਰੀ ਕੰਮ ਕੀਤਾ ਇੱਕ ਕਿਸਮ ਦਾ ਫ੍ਰੀ ਦਿੱਤਾ ਕੁਛ ਨਹੀਂ ਉਹਨਾਂ ਨੂੰ ਕੁਛ ਮਾਣ ਪੱਤਾ ਕਹਾਦਾ ਸੀ ਸਕੂਟਰ ਦਾ ਤੇਲ ਵੀ ਨਹੀਂ ਸੀ ਮਿਲਦਾ ਹੁੰਦਾ ਜਿਨ੍ਹਾਂ ਆਂਗਣਵਾੜੀ ਵਾਲਿਆਂ ਦੀ ਉਮਰ 70 ਸਾਲ ਦੇ ਕਰੀਬ ਹੈਗੀ ਆ ਰੱਖੀ ਗਈ ਆ ਆਸ਼ਾ ਵਰਕਰਾਂ ਨੂੰ ਤੇ ਆਸ਼ਾ ਸੁਪਰਵਾਈਜ਼ਰਾਂ ਆਸ਼ਾ ਸੁਪਰਵਾਈਜ਼ਰ ਫੈਸਿਲੀਟੇਟਰ ਜਿਨ੍ਹਾਂ ਦੀ ਵੀ ਇਸੇ ਤਰ੍ਹਾਂ ਉਮਰ ਸੀ ਬਾਦਲ ਸਰਕਾਰ ਵੇਲੇ ਵੀ ਕਾਂਗਰਸ ਸਰਕਾਰ ਵੇਲੇ ਵੀ ਇਸੇ ਤਰ੍ਹਾਂ ਉਮਰ ਸੀ ਪਰ ਮਾਨ ਸਰਕਾਰ ਨੇ ਚੁੱਪਚੀਪੀਤੇ ਨੋਟਸ ਭੇਜ ਕੇ ਜਿਨ੍ਹਾਂ ਦੀ ਉਮਰ 58 ਸਾਲ ਦੀ ਹੋ ਗਈ ਹੈ ਉਹਨਾਂ ਆਸ਼ਾ ਵਰਕਰਾਂ ਨੂੰ ਆਸ਼ਾ ਸੁਪਰਵਾਈਜ਼ਰ ਜਿਨ੍ਹਾਂ ਨੂੰ ਫੈਸਿਲੀਟੇਟਰ ਕਹਿੰਦੇ ਆ ਉਹਨਾਂ ਨੂੰ ਕੱਢ ਦਿੱਤਾ ਹਜ਼ਾਰਾਂ ਬੇਲਿਆਂ ਬੇਲਾ ਕਰ ਦਿੱਤੇ ਹਜ਼ਾਰਾਂ ਆਸ਼ਾ ਵਰਕਰ ਤੇ ਆਸ਼ਾ ਫੈਸਿਲੀਟੇਟਰਾਂ ਨੂੰ ਬੇਲਾ ਕਰ ਦਿੱਤਾ ਜੋ ਘਰ ਦਾ ਰੋਜ਼ਗਾਰ ਆਪਣੇ ਚਲਾਉਂਦੀਆਂ ਸੀ ਮਿਹਨਤ ਦਿਨ ਰਾਤ ਕਰਦੀਆਂ ਸੀ ਕਦੀ ਕਿਸੇ ਕੰਮ ਚ 10 ਰੁਪਏ ਮਿਲਦੇ ਸੀ ਕਿਸੇ ਤੋਂ 5 ਰੁਪਏ ਮਿਲਦੇ ਸੀ ਔਰ 2500 ਰੁਪਏ ਉਹਨਾਂ ਨੂੰ ਮੀਨਾ ਆਸ਼ਾ ਵਰਕਰ ਨੂੰ ਤਰਕਾ ਮਿਲਦੀ ਸੀ ਆਸ਼ਾ ਸੁਪਰਵਾਈਜ਼ਰ ਦੀ ਵੱਧ ਹੁੰਦੀ ਸੀ ਕਿਉਂਕਿ ਉਹਦੇ ਕੋਲ ਪੈੰਡ ਵੀ 20-20 ਹੁੰਦੇ ਸੀ ਇਹਨਾਂ ਨੇ ਉਹਨਾਂ ਨੂੰ ਕੱਢ ਦਿੱਤਾ ਰੋਸ ਮਜਾਰੇ ਹੋਏ ਬਹੁਤ ਕੁਝ ਹੋਇਆ ਤੇ ਜਦੋਂ ਆ ਵੋਟਾਂ ਆਣੀਆਂ ਸੀ ਜਲੰਧਰ ਦੀਆਂ ਜਾਂ ਹੋਰ ਤਾਂ ਇਸੇ ਭਗਵੰਤ ਮਾਨ ਸਾਹਿਬ ਨੇ ਮੁੱਖ ਮੰਤਰੀ ਸਾਹਿਬ ਨੇ ਵਾਅਦਾ ਕੀਤਾ ਕਿ ਨਹੀਂ 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 ਜੀ ਤੁਹਾਨੂੰ ਤਾਂ ਰੱਖ ਲਿਆ ਅਸੀਂ ਲੈਟਰ ਜਾਰੀ ਕਰ ਰਹੇ ਹਾਂ ਕਹਿਣ ਦਾ ਮਤਲਬ ਭਲੇਖਿਆਂ ਵਿੱਚ ਰੱਖਿਆ ਉਹ ਸਾਰੀਆਂ ਆਸ਼ਾ ਵਰਕਰ ਆਸ਼ਾ ਸੁਪਰਵਾਈਜ਼ਰ ਫਿਲੀਟ੍ਰਟਰ ਘਰ ਵਿੱਚ ਬੈਠੀਆਂ ਇਹਨਾਂ ਦੀ ਆਪਣੀ ਉਮਰ ਇੱਕ ਆਦੀ ਗੱਲ ਕਰਦੇ ਹੁੰਦੇ ਤੁਸੀਂ ਦੇਖ ਲਓ ਜੀ 90 90 ਸਾਲ ਦੇ ਬੁੱਢੇ ਇਹ ਸ਼ਬਦ ਵੀ ਕਈ ਵਾਰ ਵਰਤ ਜਾਂਦੇ ਆ ਕਿ ਸਿਆਸਤ ਵਿੱਚ ਨੇ ਤੇ ਵੀ ਤੁਸੀਂ ਵੀ ਇੱਕ ਉਮਰ ਤੈਅ ਕਰ ਦੋ ਕਿ ਐਮ ਐਲ ਏ ਹੋਵੇ ਐਮ ਪੀ ਹੋਵੇ ਸਰਪੰਚ ਹੋਵੇ ਪੰਚ ਹੋਵੇ ਕੋਈ ਵੀ ਹੋਵੇ ਤਾਂ ਉਹ ਇਸ ਉਮਰ ਤੱਕੇ ਸਿਆਸਤ ਵਿੱਚ ਕੰਮ ਕਰ ਸਕਦਾ ਇਹ ਹੋਰ ਚ ਨਹੀਂ ਇਹ ਨਹੀਂ ਆਸ਼ਾ ਵਰਕਰ ਤੇ ਆਸ਼ਾ ਫੈਸਿਲੀਟੇਟਰ ਸੁਪਰਵਾਈਜ਼ਰਾਂ ਦੀ ਉਹ ਉਮਰਾਂ ਤੈਅ ਕਰਕੇ ਆਪਣੇ ਆਪ ਜਿਹੜਾ ਕਦੀ ਹੋਇਆ ਨਹੀਂ ਉਹਨਾਂ ਨੂੰ ਕੱਢ ਦਿੱਤਾ ਹੁਣ ਤੁਸੀਂ ਦੱਸੋ ਪਿਓ ਹਜ਼ਾਰਾਂ ਨੂੰ ਤਾਂ ਬੈਲੀਆਂ ਕਰ ਦਿੱਤਾ ਇਹ ਦਿੱਤਾ ਭੈਣਾਂ ਨੂੰ ਤੋਹਫ਼ਾ ਉਹਨਾਂ ਨੂੰ ਜਦੋਂ ਸਿਰ ਕੋ ਲੜਕੀਆਂ ਹੀ ਕੰਮ ਕਰ ਰਹੀਆਂ ਸੀ ਲੇਡੀਜ਼ ਹੀ ਉਹ ਕੰਮ ਕਰ ਰਹੇ ਸੀ ਆਸ਼ਾ ਸੁਪਰਵਾਈਜ਼ਰ ਆਸ਼ਾ ਫੈਸਿਲੀਟੇਟਰ ਉਹਨਾਂ ਨੂੰ ਤਾਂ ਇਹ ਦਿੱਤਾ ਤੋਹਫ਼ਾ ਕਿ ਤੁਹਾਨੂੰ ਦਿੱਤਾ ਕੱਢ ਇੱਧਰ ਲੇਡੀਜ਼ ਲੜਕੀਆਂ ਹੋਰ ਹੋਰ ਮਹਿਕਮੇ ਚ ਰੱਖਣੀਆਂ ਸ਼ੁਰੂ ਕਰ ਦਿੱਤੀਆਂ ਇਹ ਤੁਹਾਨੂੰ ਦੇ ਦਿੱਤਾ ਤੋਹਫਾ ਇਹਦਾ ਮਤਲਬ ਇਹ ਹੋਇਆ ਕਿ ਇੱਕ ਘਰ ਤੇ ਡਾਕਾ ਮਾਰਿਆ ਤੇ ਦੂਜਾ ਘਰ ਭਰ ਦਿੱਤਾ ਇਹ ਤਾਂ ਇਹੀ ਗੱਲ ਹੋ ਗਈ ਨਾ ਇੱਕ ਘਰ ਨੂੰ ਖਾਲੀ ਕਰ ਦਿੱਤਾ ਜਿਹੜਾ ਰੋਜ਼ਗਾਰ ਚਲਾ ਰਹੇ ਸੀ ਦੂਜੇ ਘਰ ਤੇ ਅਣ ਦੇ ਢੰਗ ਨਾਲ ਪੜ ਦਿੱਤੇ ਇੱਕ ਇਹੋ ਜਿਹੀ ਨੀਤੀ ਆ ਇਹ ਨੀਤੀ ਆ ਇਹ ਦਿੱਤਾ ਰਖੜੀ ਦਾ ਤੋਹਫਾ ਰਖੜੀ ਤੋਂ ਪਹਿਲੇ ਹੀ ਤੋਹਫਾ ਦਿੱਤਾ ਭਗਵੰਤ ਮਾਨ ਸਰਕਾਰ ਨੇ ਆਸ਼ਾ ਵਰਕਰਾਂ ਤੇ ਆਸ਼ਾ ਸੁਪਰਵਾਈਜ਼ਰਾਂ ਨੂੰ ਕੰਮ ਤੋਂ ਕੱਢ ਕੇ ਹੁਣ ਵੀ ਲਾਰੇ ਲਾਈ ਜਾ ਰਹੇ ਆ ਲੇਕਿਨ ਉਹਨਾਂ ਜਿਹੜੀਆਂ ਦੀ ਉਮਰ 58 ਸਾਲ ਹੋ ਗਈ ਆਸ਼ਾ ਵਰਕਰ ਤੇ ਆਸ਼ਾ ਸੁਪਰਵਾਈਜ਼ਰ ਘਰ ਬੈਠੀਆਂ ਹੋਈਆਂ ਨੇ ਤੇ ਜਦੋਂ ਇਹ ਇਹਨਾਂ ਦੇ ਮੰਤਰੀਆਂ ਕੋਲ ਜਾਂਦੇ ਆ ਉਹ ਕਹਿ ਦਿੰਦੇ ਲੈਟਰ ਕੱਢਾਂਗੇ ਹੋ ਕਰਾਂਗੇ ਆ ਕਰਾਂਗੇ ਲਾਰੇ ਲੱਪਿਆਂ ਦੀ ਇਹ ਸਰਕਾਰ ਬਣ ਕੇ ਰਹਿ ਗਈ ਹੈਗੀ ਆ ਇੱਕ ਬਿਜਲੀ ਦਾ ਬਿੱਲ ਮਾਫ ਕਰਕੇ ਕੋਈ ਵੱਡੀ ਵੱਡੀ ਗੱਲ ਨਹੀਂ ਕਰ ਲਈ ਦੇਸ਼ ਵੀ ਕਿੰਨਾ ਕੁੰਜੇ ਲੱਗ ਰਿਹਾ ਪੰਜਾਬ ਕਿੰਨਾ ਕੁੰਜੇ ਲੱਗ ਰਿਹਾ ਕਰਜ਼ੇ ਪੱਕੋ ਜੇ ਦਮ ਹੈ ਨਾ ਇਸ ਸਰਕਾਰ ਦੇ ਵਿੱਚ ਜਿਨ੍ਹਾਂ ਨੂੰ ਆਸ਼ਾ ਵਰਕਰ ਤੇ ਆਸ਼ਾ ਫੈਸੀਲੀਟੇਟਰਾਂ ਨੂੰ ਕੱਢਿਆ ਨਾ ਸੁਪਰਵਾਈਜ਼ਰਾਂ ਨੂੰ ਤਾਂ ਉਹਨਾਂ ਨੂੰ ਮੁੜ ਕੇ ਰੱਖੇ ਦਾ ਅੱਗੇ ਜਾ ਕੇ ਨੌਕਰੀਆਂ ਜਿਹੜੀਆਂ ਲੜਕੀਆਂ ਨੂੰ ਦੇਣੀਆਂ ਫੇਰ ਸਵਾਦ ਆ ਗੱਲ ਦਾ ਇਹ ਕੀ ਹੋਇਆ ਇੱਕ ਪਾਸੇ 1000 ਨੂੰ ਬੇਲਾ ਕਰ ਦਿੱਤਾ ਦੂਜੇ ਪਾਸੇ 200 ਨੂੰ ਨੌਕਰੀ ਦੇ ਦਿੱਤੀ ਕਿ ਬੱਲੇ 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 ਇਹ ਸੀ ਰਖੜੀ ਦਾ ਤੋਹਫ਼ਾ ਜਿਹੜਾ ਰਖੜੀ ਤੋਂ ਪਹਿਲਾਂ ਆਸ਼ਾ ਸੁਪਰਵਾਈਜ਼ਰ ਤੇ ਆਸ਼ਾ ਫੈਸੀਲੀਟੇਟਰ ਨੂੰ ਸਾਡੇ ਮਾਣਯੋਗ ਸਤਕਾਰਯੋਗ ਪੰਜਾਬ ਦੇ ਮੁੱਖ ਮੰਤਰੀ ਪੰਜਾਬ ਸਰਕਾਰ ਭਗਵੰਤ ਮਾਨ ਸਾਹਿਬ ਨੇ ਇਹ ਦਿੱਤਾ ਤੇ ਦੂਏ ਪਾਸੇ ਹੁਣ ਰੱਖ ਕੇ ਬੱਲੇ ਬੱਲੇ ਘਟ ਰਹੇ ਨੇ ਇੱਕ ਪਾਸੇ ਤੋਹਫਾ ਦਿੱਤਾ ਸੀ ਕਿ ਆਸ਼ਾ ਵਰਕਰ ਤੇ ਆਸ਼ਾ ਸੁਪਰਵਾਈਜ਼ਰਾਂ ਨੂੰ ਕੱਟਿਆ ਗਿਆ ਜੇ ਦਮ ਹੈ ਤਾਂ ਇਹ ਨੀਤੀ ਨੂੰ ਖਤਮ ਕਰੋ ਤੇ ਇੱਕ ਪਾਸੇ ਕੱਢ ਦਿਓ ਤੇ ਦੂਏ ਪਾਸੇ ਰੱਖ ਲਓ ਇਸ ਤਰ੍ਹਾਂ ਜਿਹੜੀ ਆ ਸਰਕਾਰਾਂ ਕਾਮਯਾਬ ਨਹੀਂ ਹੁੰਦੀਆਂ